ਲੁਕਵੇਂ ਢੰਗ ਨਾਲ ਕਾਰਵਾਈਆਂ ਨੂੰ ਅੰਜਾਮ ਦਿੰਦੇ ਦੋ ਨਕਸਲੀ ਕਾਬੂ। ਝਾਰਖੰਡ ਪੁਲਿਸ ਨੇ ਔਰਤ ਸਮੇਤ ਦੋ ਨਕਸਲੀਆਂ ਨੂੰ ਕਾਬੂ ਕੀਤਾ ਹੈ। ਇਹ ਲੁਕਵੇਂ ਢੰਗ ਨਾਲ ਕਾਰਵਾਈਆਂ ਨੂੰ ਅੰਜਾਮ ਦਿੰਦੇ ਸਨ। ਇਹ ਨਕਸਲੀਆਂ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸਨ। ਦੋ ਮਾਓਵਾਦੀਓ ਕੀ ਅਰੈਸਟਿੰਗ ਹੋਈ ਹੈ, ਜੋ ਦੋਨੋਂ ਪੁਰਾਣੇ ਕੈਡਰ ਹੈ, ਕਾਫੀ ਸਟਰੋਂਗ ਹੋਲਡਸ ਹੈ ਇਨਕੇ, ਔਰ ਪਾਰਟੀ ਕੇ ਲੀਏ ਇਹ ਲੋਕ ਡੈਡੀਕੇਟਡ ਹੈ। ਇੱਕ ਨਾਮ ਬਰਕੀ ਦੇਵੀ ਉਰਫ ਗੀਤਾ ਜੀ ਹੈ, ਔਰ ਦੂਸਰੇ ਨਾਮ ਸੋਨਾ ਮਰਾਂਡੀ ਹੈ। ਸੋਨਾ ਮਰਾਂਡੀ 32/10 ਕੇਸ ਮੈਂ ਇੱਕ ਅਭਿਯੁਕਤ ਰਹਾ ਹੈ, ਜਿਸ ਕੇਸ ਮੈਂ ਪੁਲਿਸ ਪਾਰਟੀ ਪਰ ਅਟੈਕ ਕਰਕੇ 4 SISF ਕੇ ਜਵਾਨ ਕੇ ਕਾਗਜ਼ ਮੈਂ ਸਾਜਿਸ਼ ਹੁਆ ਥਾ, ਔਰ ਜੋ ਇਹ ਗੀਤਾ ਦੇਵੀ ਹੈ, ਇਹ 45/8 ਕੇਸ ਕੀ ਵਾਰੰਟੀ ਰਹੀ ਹੈ, ਔਰ ਇਨ ਦੋਨੋਂ ਕੀ ਅਰੈਸਟਿੰਗ ਥਾਣਾ ਪਰਿਵਾਰ ਪਿਟਾਂਡ ਕਰ ਰੱਖਿਆ ਗਿਆ ਹੈ। ਇੱਕ ਜ਼ਮਾਨੇ ਮੈਂ ਇਹ ਹਾਰਡਕੋਰ ਹਥਿਆਰ ਕੇ ਸਾਥ ਚੱਲਣ ਵਾਲੀ ਥੀ, ਫਿਰ ਟਾਈਮ ਕੇ ਸਾਥ ਇਨ ਨੂੰ ਪ੍ਰਮੋਟ ਕੀਆ ਗਿਆ, ਔਰ ਅਭੀ ਜੋ ਨਾਰੀ ਮੁਕਤੀ ਸੰਘ ਜੋ ਕਾਰਯ ਕਰ ਰਹੀ ਹੈ ਸ਼ੀਲਾ ਜੀ ਕੇ ਸਾਥ, ਉਨ ਲੋਕ ਸਾਥ ਕਾਫੀ ਐਕਟਿਵ ਥੀ, ਔਰ ਇਨਕਾ ਕਾਮ ਥਾ ਘਰ ਘਰ ਜਾ ਕੇ ਪ੍ਰਚਾਰ ਪ੍ਰਸਾਰ ਕਰਨਾ, ਪਾਰਟੀ ਕੇ ਆਇਡੀਓਲੋਜੀ ਕਾ ਵਿਕਾਸ ਕਰਨਾ, ਸਾਥ ਹੀ ਉਨ ਲੋਕ ਕਾ ਹਥਿਆਰ ਉਥਿਆਰ ਕਹੀਂ ਟ੍ਰਾਂਸਫਰ ਕਰਨਾ, ਉਸੇ ਪੜਨਾ, ਉਸਕੇ ਲਈ ਪ੍ਰਯਾਸ ਕਰਨਾ, ਸਾਥ ਹੀ ਪੋਸਟਿੰਗ ਬਣਨ ਕੇ ਲਈ ਕਾਮ ਕਰਨਾ, ਔਰ ਇਸਕੇ ਇਲਾਵਾ ਕਿ ਨਏ ਰਿਕਰੂਟਮੈਂਟ ਕੋ ਤਲਾਸ਼ ਕਰਕੇ ਪਾਰਟੀ ਕੇ ਸਾਥ ਜੋੜਨਾ, ਕਹਿ ਸਕਤੇ ਹੈ ਕਾਫੀ ਸਟਰੋਂਗ ਹੋਲਡ ਥਾ ਯੇ।